ਸਤਿ ਸ੍ਰੀ ਅਕਾਲ ਜੀ, ਹੀਰ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਮੇਓ ਸੈਂਡਵਿਚ। ਸਭ ਤੋਂ ਪਹਿਲਾਂ ਆਪਾਂ ਲਿਆ ਇੱਕ ਬੋਲ, ਬੋਲ ਦੇ ਵਿੱਚ ਆਪਾਂ ਪਾਵਾਂਗੇ ਕੱਟੀ ਹੋਈ ਗਾਜਰ, ਛੋਟੇ ਛੋਟੇ ਪੀਸ ਕੀਤੇ ਹੋਏ ਆ। ਇੱਕ ਲਈ ਆਪਾਂ ਹਰੇ ਰੰਗ ਦੀ ਲਈ ਹੋਈ ਆ ਸ਼ਿਮਲਾ ਮਿਰਚ, ਲਾਲ ਲਿਆ ਆ ਆਪਾਂ ਪਿਆਜ, ਅੱਧਾ ਲਿਆ ਹੋਇਆ ਆ ਆਪਾਂ ਕਿਊਕੰਬਰ, ਇੱਕ ਓਲੀ ਲਈ ਆ ਆਪਾਂ ਕੈਬਜ ਦੀ, ਪਾਵਾਂਗੇ ਆਪਾਂ ਥੋੜ੍ਹਾ ਜਿਹਾ ਬਰੀਕ ਕੀਤਾ ਹੋਇਆ ਧਨੀਆ, ਦੋ ਆਪਾਂ ਹਰੀਆਂ ਮਿਰਚਾਂ ਲਈਆਂ ਆ। ਸਵਾਦ ਦੇ ਅਨੁਸਾਰ ਲਵਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ, ਬਹੁਤ ਥੋੜ੍ਹੀ ਜਿਹੀ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਪੀਸੀ ਹੋਈ। ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਪਹਿਲਾਂ ਇੱਕ ਵਾਰੀ ਮਿਕਸ ਕਰ ਲਵਾਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਓ, ਮੈਓ ਦੇ ਆਪਾਂ 4 ਤੋਂ 5 ਚਮਚੇ ਇਹਦੇ ਵਿੱਚ ਪਾਵਾਂਗੇ। ਜਿਹੜੀ ਆਪਾਂ ਮਾਇਓ ਪਾਈ ਆ ਇਹ ਆਪਾਂ ਵੈਜੀਟੇਰੀਅਨ ਲਈ ਹੋਈ ਆ। ਲਓ ਜੀ ਆਪਾਂ ਚੰਗੀ ਤਰ੍ਹਾਂ ਜਿਹੜੀ ਆਪਾਂ ਸਟਫਿੰਗ ਹੈ ਆਪਣੀ, ਦੇਖੋ ਕਿੰਨੀ ਵਧੀਆ ਮਿਕਸ ਹੋ ਗਈ ਆ। ਬਾਅਦ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ। ਆਪਾਂ ਬਣਾਵਾਂਗੇ ਸੈਂਡਵਿਚ, ਦੋ ਲਏ ਆਪਾਂ ਬ੍ਰੈਡ, ਬ੍ਰੈਡ ਦੇ ਉੱਤੇ ਪਹਿਲਾਂ ਆਪਾਂ ਲਾਵਾਂਗੇ ਮਾਰਜਰੀਨ, ਦੋਨਾਂ ਬ੍ਰੈਡਾਂ ਦੇ ਆਪਾਂ ਪਹਿਲਾਂ ਮਾਰਜਰੀਨ ਲਗਾ ਲੈਣੀ ਆ ਥੋੜ੍ਹੀ ਥੋੜ੍ਹੀ। ਹੁਣ ਆਪਾਂ ਇੱਥੇ ਲਾਵਾਂਗੇ ਗ੍ਰੀਨ ਚਟਣੀ, ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਟਫਿੰਗ। ਜਿਹੜਾ ਆਪਾਂ ਉੱਪਰ ਬ੍ਰੈਡ ਰੱਖਣਾ ਹੈ ਉਹਦੇ ਉੱਪਰ ਵੀ ਆਪਾਂ ਥੋੜ੍ਹੀ ਥੋੜ੍ਹੀ ਮਾਰਜਿਨ ਲਾ ਲੈਂਦੇ ਹਾਂ। ਗ੍ਰੀਨ ਚਟਣੀ ਵੀ ਆਪਾਂ ਇਹਦੇ 'ਤੇ ਲਾ ਲੈਣੀ ਹੈ ਥੋੜ੍ਹੀ ਥੋੜ੍ਹੀ, ਬਹੁਤ ਹੀ ਸਵਾਦ ਵਧੀਆ ਬਣਦੇ ਆ ਇਹ, ਬੱਚਿਆਂ ਨੂੰ ਤਾਂ ਖਾਸ ਕਰਕੇ ਬੜਾ ਪਸੰਦ ਆਊਗੇ। ਹੁਣ ਆਪਾਂ ਇਸ ਨੂੰ ਇਹਦੇ ਉੱਪਰ ਰੱਖਦੇ ਹਾਂ, ਇਹ ਹੁਣ ਬਣ ਕੇ ਆਪਣੇ ਤਿਆਰ ਹੋ ਗਏ ਆ। ਹੁਣ ਆਪਾਂ ਇਹਨੂੰ ਰੱਖਾਂਗੇ ਗ੍ਰਿਲ ਦੇ ਵਿੱਚ, ਗ੍ਰਿਲ ਆਪਾਂ ਔਨ ਕਰ ਲਈ ਆ, ਗ੍ਰਿਲ ਸਾਡੀ ਜਿਹੜੀ ਹੈ ਗਰਮ ਹੋ ਚੁੱਕੀ ਆ। ਹੁਣ ਆਪਾਂ ਇਹਨੇ ਜਿਹੜੇ ਆਪਾਂ ਸੈਂਡਵਿਚ ਬਣਾਏ ਆ ਇਹ ਹੁਣ ਆਪਾਂ ਇਹਦੇ ਵਿੱਚ ਗ੍ਰਿਲ ਵਿੱਚ ਰੱਖਦੇ ਹਾਂ। ਲਾਉਣ ਤੋਂ ਪਹਿਲਾਂ ਆਪਾਂ ਥੋੜ੍ਹੀ ਥੋੜ੍ਹੀ ਇਹਦੇ ਉੱਪਰ ਬ੍ਰੈਡ ਦੇ ਉੱਪਰ ਮਾਰਜਰੀਨ ਥੋੜ੍ਹੀ ਥੋੜ੍ਹੀ ਆਪਾਂ ਲਾਵਾਂਗੇ, ਬਹੁਤੀ ਜ਼ਿਆਦਾ ਨਹੀਂ ਆਪਾਂ ਇੱਥੇ ਲਾਉਣੀ, ਬਸ ਬਹੁਤ ਥੋੜ੍ਹੀ ਥੋੜ੍ਹੀ ਆਪਾਂ ਲਾਉਣੀ ਹੈ ਇੱਥੇ। ਦੇਖੋ ਇਹ ਗਰਮ ਹੋ ਚੁੱਕਾ ਆ, ਹੁਣ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਰੱਖ ਦੇਵਾਂਗੇ, ਹੁਣ ਆਪਾਂ ਇਹਨੂੰ ਬੰਦ ਕਰ ਦੇਵਾਂਗੇ। ਤੁਸੀਂ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਜਿਹੜਾ ਇਹਦਾ ਲੌਕ ਆ ਇਹ ਆਪਾਂ ਲੌਕ ਨਹੀਂ ਲਾਉਣਾ, ਇਸੇ ਤਰ੍ਹਾਂ ਆਪਾਂ ਇਹਨੂੰ ਖੁੱਲ੍ਹਾ ਰੱਖਣਾ ਆ। ਜੇ ਆਪਾਂ ਇਹਨੂੰ ਲੌਕ ਲਾ ਦਿੱਤਾ ਤਾਂ ਜਿਹੜਾ ਸਾਡੀ ਸਟਫਿੰਗ ਆ ਇਹ ਫਿਰ ਬਾਹਰ ਆਜੂਗੀ, ਤਾਂ ਬਹੁਤੇ ਵਧੀਆ ਨਹੀਂ ਸਾਡੇ ਸੈਂਡਵਿਚ ਤਿਆਰ ਹੋਣੇ, ਇਸ ਕਰਕੇ ਅਸੀਂ ਇਹਨੂੰ ਲੌਕ ਨਹੀਂ ਲਗਾਉਣਾ। ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ, ਦੇਖੋ ਆਪਣੇ ਕਿੰਨੇ ਵਧੀਆ ਐਨ ਕ੍ਰਿਸਪੀ ਕ੍ਰਿਸਪੀ ਜਿਹੜੇ ਸੈਂਡਵਿਚ ਆ ਮਾਇਓ ਸੈਂਡਵਿਚ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਹੋ ਗਏ ਆ। ਹੁਣ ਆਪਾਂ ਇਸ ਨੂੰ ਬਾਹਰ ਕੱਢਦੇ ਹਾਂ, ਦੇਖੋ ਕਿੰਨੇ ਵਧੀਆ ਆਪਣੇ ਸੈਂਡਵਿਚ ਬਣ ਕੇ ਤਿਆਰ ਹੋ ਗਏ ਆ। ਹੁਣ ਆਪਾਂ ਇਸ ਦੀ ਕਰਾਂਗੇ ਕਟਿੰਗ, ਦੇਖੋ ਸਾਡੇ ਕਿੰਨੇ ਵਧੀਆ ਸੈਂਡਵਿਚ ਬਣ ਕੇ ਤਿਆਰ ਹੋ ਗਏ ਆ, ਦੇਖੋ ਕਿੰਨੇ ਵਧੀਆ। ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਹੀਰ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਨਵੀਂ ਰੈਸਪੀ ਨਾਲ, ਜਦ ਤੱਕ ਲਈ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।